ਵੈਸੇ ਅੱਜ ਅਸੀਂ ਆਏ ਹਾਂ ਕਰਤਾਰ ਸਾਹਿਬ ਦਰਬਾਰ ਸਾਹਿਬ, ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਜੰਡਾਲਾ ਸਾਹਿਬ, ਇਹਨਾਂ ਕੋਲ ਅਸੀਂ ਪੁੱਛਾਂਗੇ ਕਿ ਇਹ ਕੀ ਮਹਿਸੂਸ ਕਰਦੇ ਨੇ ਇੱਥੇ ਕਰਤਾਰ ਸਾਹਿਬ ਆ ਕੇ, ਅਤੇ ਇਹਦੀ ਅਹਿਮੀਅਤ ਸਾਨੂੰ ਦੱਸਣ ਕੋਈ ਆਪਣਾ ਵਿਚਾਰ ਸਾਂਝੇ ਕਰਨ। ਕਰਤਾਰਪੁਰ ਮੈਂ ਪਹਿਲੇ ਵੀ ਇੱਕ ਵਾਰੀ ਆਇਆ, ਦੋ ਵਾਰੀ, ਅਤੇ ਜਦੋਂ ਆਇਆ ਤਾਂ ਮੈਂ ਬੜਾ ਹੀ ਫਰਕ ਮਹਿਸੂਸ ਕੀਤਾ। ਇਮਾਰਤ ਮਰਕਜ਼ੀ ਤਾਂ ਉਹੀ ਹੈ, ਲੇਕਿਨ ਉਹਦੇ ਆਲੇ ਦੁਆਲੇ ਜੋ ਕੁਛ ਬਣ ਚੁੱਕਿਆ, ਮੇਰੇ ਸੇ ਨੂੰ ਮਾਨਵਿਸ਼ ਵੀ ਨਹੀਂ ਸੀ ਕਿ ਇਸ ਕੰਪਲੈਕਸ ਨੂੰ ਇਸ ਤਰੀਕੇ ਨਾਲ ਖੂਬਸੂਰਤੀ ਬਣਾਇਆ ਜਾਏਗਾ। ਅਤੇ ਇਹ ਕੋਈ ਜਿਹੜੀ ਜਗ੍ਹਾ ਹੁੰਦੀ ਹੈ ਉਹ ਸਿਰਫ ਆਪਣੀ ਬਣਾਵਟ ਜਾਂ ਆਪਣੀ ਤਮੀਰ ਦੇ ਹਿਸਾਬ ਨਾਲ ਹੀ ਪਛਾਣੀ ਜਾਂਦੀ ਹੈ, ਉਹ ਵੀ ਇੱਕ ਤਰੀਖੀ ਔਰ ਰਵਾਇਤੀ ਅਹਿਮੀਅਤ ਹੁੰਦੀ ਹੈ। ਇਹ ਮੁਕਾਮ ਸੀ, ਖਾਲਾ ਬੜਾ ਮੁਕਾਮ ਸੀ, ਲੇਕਿਨ ਜਦੋਂ ਪੰਜਾਬ ਦੀ ਵੰਡ ਹੋਈ ਅਤੇ ਇਹ ਮਤਲਬ ਬਾਰਡਰ ਦੇ ਕੋਲ ਹੀ ਮੁਕਾਮ ਹੈ, ਜਗ੍ਹਾ ਮੁਕੱਦਸ ਜਿੱਥੇ ਕਿ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਗੁਜ਼ਾਰੇ, ਅਤੇ ਇਹ ਪਾਕਿਸਤਾਨ ਦੇ ਮਤਲਬ ਸਰਹੱਦ ਦੇ ਅੰਦਰ ਆ ਗਿਆ ਸੀ। ਉਹਦੀ ਵਜ੍ਹਾ ਕਰਕੇ ਸਿੱਖਾਂ ਦੀ ਇਹਦੇ ਨਾਲ ਰਸਾਈ ਜਿਹੜੀ ਨਾ ਖਤਮ ਤਕਰੀਬਨ ਹੋ ਗਈ ਸੀ, ਔਰ ਵਜ੍ਹਾ ਕਰਕੇ ਕਿਉਂਕਿ ਪਾਕਿਸਤਾਨ ਹਿੰਦੁਸਤਾਨ ਦੇ ਦੇਸ਼ਾਂ ਦੇ ਸ਼ੁਰੂ ਤੋਂ ਵੀ ਪਿੰਡ ਅੱਛੇ ਨਹੀਂ ਰਹੇ ਕੁਝ ਵਜੂਹਾਤ ਬਣਾ ਕੇ, ਅਤੇ ਸਿੱਖ ਜ਼ਾਇਰੀਨ ਵਾਸਤੇ ਬੜਾ ਮੁਸ਼ਕਲ ਸੀ ਇੱਥੇ ਕਰਤਾਰਪੁਰ ਆਉਣਾ ਔਰ ਇਸ ਬਾਬਾ ਗੁਰੂ ਨਾਨਕ ਦੀ ਯਾਦਗਾਰ 'ਚ ਇਬਾਦਤ ਕਰਨਾ, ਲੇਕਿਨ ਇਹ ਮੌਜੂਦਾ ਹਕੂਮਤ ਨੇ ਇਹ ਜਿਹਾ ਰਸਤਾ ਦਿੱਤਾ ਸਿੱਖ ਜ਼ਾਇਰੀਨ ਨੂੰ, ਔਰ ਉਸ ਰਸਤਾ ਜੈਨਤੀ ਬਣਾ ਕੇ ਇਹ ਪੂਰੇ ਗੁਰਦੁਆਰੇ ਨੂੰ ਨਵੇਂ ਸਿਰੇ ਤੋਂ ਤਮੀਰ ਕੀਤਾ, ਪੁਰਾਣੀ ਇਮਾਰਤ ਬਰਕਰਾਰ ਰੱਖਦਾ ਹਾਂ, ਔਰ ਇਹ ਪੂਰਾ ਬਹੁਤ ਵੱਡਾ ਕੰਮ ਵਿੱਚ ਬਣਾਇਆ, ਮੈਂ ਸਮਝਣਾ ਇੱਕ ਬਹੁਤ ਹੀ ਵੱਡਾ ਕਾਰਨਾਮਾ, ਔਰ ਇਹਦੇ ਬੜੇ ਦੂਰ ਰਸ ਅਸਰਾਤ ਹੋਣ। ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਲਾਂਘਾ ਜਿਹੜਾ ਇਹ ਦੋਨੋਂ ਮੁਲਕਾਂ ਦੇ ਆਪਸ ਵਿੱਚ ਜਿਹੜਾ ਪੜਿੱਤਣ ਹੈ, ਸਾਡੇ ਆਪਸ ਦੇ ਦੁਸ਼ਮਣੀ ਬੜੀ ਪੁਰਾਣੀ 70 ਸਾਲ ਤੋਂ ਜਿਹੜਾ ਇੱਕ ਦਰਸ਼ਨ ਨਹੀਂ ਪਤਾ, ਇਹ ਕੀ ਸਮਝਦੇ ਹੋ ਕਿ ਇਹਦੇ ਨਾਲ ਕੋਈ ਸਾਡਾ ਮਨੋਮਾਨ ਦਾ ਸਿਲਸਿਲਾ ਜਿਹੜਾ ਕੋਈ ਇਹ ਸ਼ੁਰੂਆਤ ਨਾ ਹੋਏਗੀ ਔਰ ਅੱਗੇ ਵੀ ਜਾ ਕੇ ਹੋਰ ਨੂੰ ਵੀ ਲਾਂਘੇ ਵੀ ਖੁੱਲਣਗੇ? ਲਾਂਘਾ ਜਿਹੜਾ ਖੁੱਲ੍ਹਿਆ ਨਾ, ਇਹ ਅਮਨ ਵੱਲ ਵੱਧਦਾ ਹੋਇਆ ਇੱਕ ਬਹੁਤ ਵੱਡਾ ਕਦਮ ਹੈ। ਸਮਝੋ ਕਿ ਇਹ ਉਹ ਬਾਰਡਰ ਹੈ ਜਿੱਥੇ ਅਸੀਂ ਹਿੰਦੁਸਤਾਨ ਦੇ ਨਾਲ ਪਾਕਿਸਤਾਨ ਹਿੰਦੁਸਤਾਨ ਦੀਆਂ ਜੰਗਾਂ ਹੋਈਆਂ, ਉੱਧਰ ਦੇ ਪੰਜਾਬੀ ਵੀ ਔਰ ਉੱਧਰ ਦੇ ਪੰਜਾਬੀ ਵੀ, ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਉਠਾਇਆ, ਲੇਕਿਨ ਇਹ ਲਾਂਘਾ ਲੱਗਦਾ ਹੈ ਜੇ ਤੂੰ ਮੁਸਤਕਬਲ ਦੇ ਵਿੱਚ ਅਮਨ ਵਾਲ ਬਦਲਣ ਦਾ ਇੱਕ ਬਹੁਤ ਵੱਡਾ ਕਦਮ ਸਾਬਤ ਹੋਵੇਗਾ। ਕਿਉਂ? ਦੇਖੋ, ਤੁਸੀਂ ਇੱਕ ਪਹੁੰਚ ਦਿੱਤੀ ਹੈ ਉਸ ਹਿੰਦੁਸਤਾਨ 'ਚ ਰਹਿਣ ਵਾਲਿਆਂ ਨੂੰ ਕਿ ਇੱਥੇ ਪਾਕਿਸਤਾਨ 'ਚ ਆਉਣ ਔਰ ਮਤਲਬ ਕੋਈ ਇੱਥੇ ਆਸਾਨੀ ਦੇ ਨਾਲ ਆ ਸਕਦੇ ਨੇ, ਔਰ ਪਾਕਿਸਤਾਨ ਦੇ ਵੀ ਆਪਣੇ ਜ਼ਾਇਰੀਨ ਅੰਦਰ ਆਉਂਦੇ ਨੇ, ਔਰ ਦੋਵਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਹੋਵੇਗਾ, ਪਿਆਰ ਮੁਹੱਬਤ ਵਧੇਗਾ, ਅਤੇ ਉਹ ਇੱਕ ਚੀਜ਼ ਵੱਧਦੀ ਰਹੇਗੀ, ਅਤੇ ਨਾਲੇ ਇਸ ਮੁਕਾਮ ਦੀ ਜਿਹੜੀ ਮਜ਼ਹਬੀ ਅਹਿਮੀਅਤ ਨਾ ਔਰ ਉਹ ਵੀ ਹਮੇਸ਼ਾ ਲਈ ਮਹਿਫੂਜ਼ ਹੋ ਗਈ। ਉਸ ਵਜ੍ਹਾ ਕਰਕੇ ਲੱਗਦਾ ਹੈ ਕਿ ਮੁਸਤਕਬਲ ਦੇ ਵਿੱਚ ਕਮ ਅਜ਼ ਕਮ ਇਹ ਇਲਾਕਾ ਜਾਂ ਨੋ ਵਾਰ ਜ਼ੋਨ, ਯਾਨੀ ਇੱਕ ਐਸਾ ਮੁਕੱਦਸ ਇਲਾਕਾ, ਮੁਕੱਦਸ ਜਗ੍ਹਾ ਹੈ ਜਿੱਥੇ ਮੁਸਲਮਾਨ ਵੀ ਆ ਰਹੇ ਨੇ, ਪਾਕਿਸਤਾਨੀ ਵੀ ਆ ਰਹੇ ਨੇ ਔਰ ਆਪਸ ਵਿੱਚ ਗੱਲਬਾਤ ਕਰ ਰਹੇ ਹੋ, ਅਤੇ ਇਹ ਨੋ ਵਾਰ ਜ਼ੋਨ ਦੀ ਹੈਸੀਅਤ ਇਖਤਿਆਰ ਕਰ ਗਿਆ ਹੁਣ ਤੋਂ ਹੀ, ਅਤੇ ਉਹਦਾ ਪੂਰੇ ਪੰਜਾਬ ਨੂੰ ਪੂਰੇ ਖਿੱਤੇ ਨੂੰ ਫਾਇਦਾ ਪਹੁੰਚੇਗਾ, ਔਰ ਜੋ ਸਾਡੀਆਂ ਹਕੂਮਤਾਂ ਕਿਸੇ ਵੀ ਜੰਗ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਗੀਆਂ ਕਿ ਇਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਅਤੇ ਮੈਂ ਸਮਝਣਾ ਕਿ ਜੇ ਹਿੰਦੁਸਤਾਨ ਪਾਕਿਸਤਾਨ 'ਚ ਕਸ਼ਮੀਰ ਵਾਲੀ ਘੁੰਡੀ ਵੀ ਹੱਲ ਹੋ ਜਾਏ ਅਤੇ ਫਿਰ ਅਮਨ ਕਾਇਮ ਹੋਏ ਹੀ ਹੋਵੇ, ਹੁਣ ਕੁਛ ਨਹੀਂ ਕੋਈ ਤਾਕਤ, ਔਰ ਸਾਡੀ ਬੱਚਤ ਵੀ ਰਹਿ ਚਾਹੀਏ, ਜੰਗਾਂ ਲੜ ਕੇ ਵੇਖ ਲਿਆ ਇੰਡੀਆ ਨੇ ਵੀ ਔਰ ਪਾਕਿਸਤਾਨ ਨੇ ਵੀ,
ਆਪੂ ਜਾ ਸਕਦੇ ਹਾਂ। ਅਤੇ ਇਹੋ ਜਿਹੇ ਕੰਮ ਹੋਣੇ ਚਾਹੀਦੇ ਨੇ ਜਿਸ 'ਚ ਦੋਵਾਂ ਮੁਲਕਾਂ ਦਰਮਿਆਨ ਆਪਸੀ ਰਾਬਤੇ ਹੋਣ, ਪਿਆਰ ਮੁਹੱਬਤ ਵਧੇ ਅਤੇ ਅਮਨ ਨਾਲ ਪਿਆਰ ਮੁਹੱਬਤ ਨਾਲ ਅਸੀਂ ਆਪਸ ਲੈ ਸਕਦੇ। ਬੜੀ ਜਟਾਲਾ ਸਾਹਿਬ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ। ਅਮਨ ਅਮਾਨ ਦੀ ਗੱਲ ਕੀਤੀ, ਉਹਨਾਂ ਕਿਹਾ ਕਿ ਇਹ ਦੋਨਾਂ ਮੁਲਕਾਂ ਦੇ ਵਿੱਚ ਅਮਨ ਔਰ ਆਸ਼ਨੀ, ਇਹ ਇਨਸ਼ਾਅੱਲਾ ਤਾਲਾ ਇਹ ਜਿਹੜਾ ਲਾਂਘਾ ਅਮਨ ਔਰ ਆਸ਼ਨੀ ਦਾ ਇਗਜ਼ਾਮਨ ਹੋਏਗਾ। ਔਰ ਉਮੀਦ ਹੈ ਕਿ ਜਿਹੜੀ ਸਾਡੀ ਕੜਤਨ ਜਿਹੜੀ ਜਿਹੜੀ ਸੱਤ ਦਹਾਈਆਂ ਚੱਲ ਰਹੀ ਹੈ ਉਹ ਇਨਸ਼ਾਅੱਲਾ ਤਾਲਾ ਖਤਮ ਹੋਏਗੀ। ਔਰ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਬੇਸ਼ੱਕ। ਬਾਰ ਤਾਰ ਜਟਾਲਾ ਸਾਹਿਬ ਬਹੁਤ ਸ਼ੁਕਰੀਆ, ਬੜੀ ਚੰਗੀ ਗੱਲਬਾਤ ਕੀਤੀ ਹੈ। ਇਨਸ਼ਾਅੱਲਾ ਤਾਲਾ ਫਿਰ ਕਿਸੇ ਮੁਲਾਕਾਤ ਜਾਣਾ ਚਾਹੁੰਦਾ।